ਬੁਲਾ ਲੈਂਦੇ ਆ ਗੱਡੀਆਂ ਪਾਸ ਨਹੀਂ ਕਰਦੇ ਅਸੀਂ ਬਹੁਤ ਪਰੇਸ਼ਾਨ ਆ ਕਿਸੇ ਦਾ 20,000 ਰੁਪਏ ਦਾ ਚਲਾਨ ਹੁੰਦਾ ਬਿਨਾਂ ਪਾਸਿੰਗ ਤੋਂ ਕਿਸੇ ਦਾ 10,000 ਦਾ ਹੁੰਦਾ ਕਿਸੇ ਦਾ 15,000 ਦਾ ਹੁੰਦਾ ਕੋਈ ਮਿਹਨਤਾਂ ਦੇ ਕੇ ਪੈਸੇ ਦੇ ਕੇ ਲੈ ਦੇ ਕੇ ਛੁੱਟ ਜਾਂਦਾ ਵਾ ਪਰ ਕਹਿਣ ਦਾ ਭਾਵ ਬਿਨਾਂ ਪਾਸਿੰਗ ਤੋਂ ਸਰ ਨਾ ਤਾਂ ਗੱਡੀ ਟ੍ਰਾਂਸਫਰ ਹੋਣੀ ਆ ਆਹ ਗੱਡੀ ਖੜੀ ਹੈ ਇਹਨੇ ਮੰਨ ਕੇ ਚਲੋ ਕੇਰਲਾ ਕਰਨਾਟਕਾ ਜਾਣਾ ਇਹ ਆਲ ਇੰਡੀਆ ਪਰਮਿਟ ਹੋਊਗਾ ਤਾਂ ਜਾ ਸਕਦਾ ਪਰਮਿਟ ਤਾਂ ਚੱਕਿਆ ਜਾਊ ਜੇ ਪਾਸਿੰਗ ਹੋਊਗੀ ਇਹਨਾਂ ਨੂੰ ਪਤਾ ਜੀ ਇਹ ਸਾਡੀ ਨਾ ਸੰਘੀ ਘੁੱਟੀ ਫਿਰਦੇ ਆ ਸਾਨੂੰ ਸਾਹ ਨਹੀਂ ਆਉਂਦਾ ਪਿਆ ਕਾਰਨ ਕਿਉਂ ਨਹੀਂ ਪਾਸ ਕਰਦੇ ਕਾਰਨ ਸਰ ਇਹਨਾਂ ਦਾ ਨਾ ਮੈਂ ਤੁਹਾਨੂੰ ਦੱਸਿਆ ਜੀ ਜਿਹੜਾ ਸਰਕਾਰੀ ਤੰਤਰ ਆ ਨਵੀਂ ਸਰਕਾਰ ਨਾਲ ਚੇਂਜ ਹੋਇਆ ਉਹਨਾਂ ਨੇ ਦਬਸ਼ ਦਿੱਤੀ ਆਪਦੀ ਵੀ ਤੁਸੀਂ ਰਿਸ਼ਵਤ ਤੋਂ ਬਿਨਾਂ ਕੰਮ ਕਰਨਾ ਵੀ ਲੋਕਾਂ ਨੂੰ ਸੌਖੇ ਕਰਨਾ ਉਹਦਾ ਕਾਰਨ ਇਹ ਹੋ ਗਿਆ ਜੀ ਇਹਨਾਂ ਨੇ ਜਨਤਾ ਨੂੰ ਖਰਾਬ ਕਰਨਾ ਚਾਲੂ ਕਰਤਾ ਮਤਲਬ ਕਿ ਪਹਿਲਾਂ ਰਿਸ਼ਵਤ ਦੇ ਕੇ ਕੰਮ ਹੋਇਆ ਪਹਿਲਾਂ ਰਿਸ਼ਵਤ ਦੇ ਕੇ ਗੱਡੀ ਸਾਡੀ ਕੇਰਲਾ ਕਰਨਾਟਕਾ ਹੁੰਦੀ ਸੀ ਕੋਈ ਕਿਤੇ ਜਾਂਦਾ ਸੀ ਪਾਸਿੰਗ ਹੋ ਜਾਂਦੀ ਸੀਗੀ ਪੈਸੇ ਦੇ ਕੇ ਹੁੰਦੀ ਸੀ ਹੁਣ ਹੁੰਦੀ ਨਹੀਂ ਹੁਣ ਅਧਿਕਾਰੀ ਕਹਿੰਦੇ ਗੱਡੀ ਪੇਸ਼ ਕਰੋ ਅਸੀਂ ਗੱਡੀਆਂ ਪੇਸ਼ ਕੀਤੀਆਂ ਅਸੀਂ ਕਹਿੰਦੇ ਆ ਨਵੀਂ ਗੱਡੀ 18-19 ਮਾਡਲ ਆ ਇਹ 'ਚ ਕਮੀ ਕੱਢੋ ਦੱਸੋ ਕੀ ਕਮੀਆਂ ਜੀ ਤੀਜਾ ਹਫ਼ਤਾ ਹੋ ਗਿਆ ਵਾਪਸ ਮੁੜ ਕੇ ਜਾਂਦਿਆਂ ਨੂੰ ਪਾਸਿੰਗ ਨਹੀਂ ਹੋ ਰਹੀ ਹੁਣ ਮੰਨ ਲਓ ਕਿ ਨਾ ਤਾਂ ਅਸੀਂ ਗੱਡੀ ਲੈ ਕੇ ਕਿਸੇ ਪਾਸੇ ਜਾ ਰਹੇ ਹਾਂ ਕਿਉਂਕਿ ਜੇ ਬਾਹਰ ਜਾਵਾਂਗੇ ਤਾਂ ਬਾਹਰ ਸਾਨੂੰ ਕਿਹੜਾ ਆਰ ਟੀ ਓ ਨੇ ਇਹ ਗੱਲ ਪੁੱਛਣੀ ਆ ਵੀ ਇਹ ਤੁਹਾਡੇ ਕਾਗਜ਼ ਆਏ ਜਾਂ ਨਹੀਂ ਹੈ ਉਹ ਤਾਂ ਆਨਲਾਈਨ ਚਲਾਨ ਕਰਨਗੇ ਉਹ ਤਾਂ ਸਾਨੂੰ ਬਾਅਦ ਜਾਣ ਕੇ ਪਤਾ ਲੱਗੂ ਵੀ ਤੁਹਾਡਾ ਚਲਾਨ ਹੋ ਗਿਆ ਮੰਨਦੇ ਅਸੀਂ ਇਸ ਸਰਕਾਰ ਦਾ ਸਵਾਗਤ ਕਰਦੇ ਹਾਂ ਕਿ ਇਹਨਾਂ ਨੇ ਰਿਸ਼ਵਤ ਬੰਦ ਕੀਤੀ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਜਨਤਾ ਹੀ ਪਰੇਸ਼ਾਨ ਹੋ ਜਾਏ ਇੰਸਪੈਕਟਰ ਆ ਰਿਹਾ ਜੀ ਪਾਸਿੰਗ ਰੱਖੇਗੀ ਹਰ ਵੀਰਵਾਰ ਪਾਸਿੰਗ ਕਰਦੇ ਉੱਥੇ ਗੱਡੀਆਂ ਵਾਲਾ ਬੁਲਾਇਆ ਸੀ ਮੋਟਰ ਵੀ ਇੰਸਪੈਕਟਰ ਆ ਰਿਹਾ 5-4 ਮਿੰਟ ਕਰ ਦਿੰਦੇ ਹਾਂ ਮਸਲਾ ਪਾਸਿੰਗ ਹੋਏਗੀ ਜੀ ਇਹਨਾਂ ਦੀ ਹਾਂਜੀ ਹਾਂ ਜਿਵੇਂ ਕਰਨਗੇ ਦੱਸਣਗੇ ਫਿਰ ਮੈਂ ਕਰਦਾ ਹਰ ਵੀਰਵਾਰ ਸਾਨੂੰ ਹਾਂ ਹਰ ਵੀਰਵਾਰ ਨਹੀਂ ਕਰਦੇ ਪਾਸਿੰਗ ਗੱਡੀਆਂ ਅੱਜ ਪਹਿਲੀ ਵਾਰੀ ਦਿੱਕਤ ਆਈ ਹੈ ਐਮਏ ਸਭ ਆ ਰਿਹਾ 5-4 ਮਿੰਟਾਂ 'ਚ ਕਰ ਦਿੰਦੇ ਹਾਂ ਇਹਨਾਂ ਦੀ ਮਸਲਾ